ਹਰੀਆਂ ਮਿਰਚਾਂ ਦੀ ਤੁਸੀਂ ਇਸ ਤਰੀਕੇ ਨਾਲ ਤਿਆਰ ਕਰਕੇ ਇੱਕ ਵਾਰੀ ਘਰੇ ਖਾ ਲੀਆਂ ਤੁਸੀਂ ਸਾਰੀਆਂ ਦਾਲਾਂ ਸਬਜ਼ੀਆਂ ਨੂੰ ਭੁੱਲ ਜਾਓਗੇ ਜੀ ਕਰਨਾ ਕੀ ਹੈ ਤੁਸੀਂ ਹਰੀਆਂ ਮਿਰਚਾਂ ਲੈ ਆਓ ਜੇ ਤੁਹਾਡੇ ਘਰੇ ਲੱਗੀਆਂ ਹੋਈਆਂ ਨੇ ਤਾਂ ਤੁਸੀਂ ਤੋੜ ਕੇ ਲੈ ਆਓ ਜੇ ਤੁਹਾਡੇ ਘਰੇ ਕੋਈ ਵੀ ਦਾਲ ਸਬਜ਼ੀ ਬਣਾਉਣ ਨੂੰ ਨਹੀਂ ਹੈਗੀ ਤਾਂ ਤੁਸੀਂ ਆਹ ਇੱਕ ਵਾਰੀ ਰੈਸਪੀ ਟਰਾਈ ਕਰੋ ਜੇ ਹੈਗੀ ਤਾਂ ਵੀ ਟਰਾਈ ਕਰੋ ਯਾਰ ਤੁਹਾਨੂੰ ਮਟਰ ਪਨੀਰ ਵੀ ਨਹੀਂ ਚੰਗਾ ਲੱਗਣਾ ਹੈਗਾ ਏਡੀ ਤਾਕੜੀ ਰੈਸਪੀ ਹੋਊਗੀ ਏ ਤੁਹਾਡੇ ਖੇਤ ਮਜ਼ਦੂਰ ਕੰਮ ਕਰ ਰਹੇ ਨੇ ਜਾਂ ਕਿਸਾਨ ਆਪ ਕੰਮ ਕਰ ਰਹੇ ਹੋ ਤੁਸੀਂ ਦੁਪਹਿਰੇ ਨੂੰ ਤੁਸੀਂ ਖਾਣਾ ਖਾਣਾ ਮੈਂ ਕਹਿੰਦਾ ਵੀ ਟੇਸਟ ਤੁਹਾਡਾ ਦੁੱਗਣਾ ਤਿੱਗਣਾ ਹੋ ਜਾਊਗਾ ਇਹ ਲੱਗੂਗਾ ਤੁਸੀਂ ਕਿਸੇ 5 ਸਟਾਰ ਹੋਟਲ ਦਾ ਬਾਲਾ ਜ਼ਬਰਦਸਤ ਖਾਣਾ ਖਾ ਰਹੇ ਹੋ ਹਰੀਆਂ ਮਿਰਚਾਂ ਨੂੰ ਤੁਸੀਂ ਨੇ ਇਸ ਤਰੀਕੇ ਨਾਲ ਸਮੇਤ ਇਹਦੀਆਂ ਡੰਡੀਆਂ ਡੰਡ ਚੋਂ ਵਿੱਚੋਂ ਕੱਟ ਲਓ ਕਈ ਵਾਰੀ ਇਹ ਵੀ ਹੁੰਦਾ ਵੀ ਯਾਰ ਆਪਾਂ ਨੇ ਕਿਤੇ ਬਾਹਰ ਜਾਣਾ ਐਟ ა ਟਾਈਮ ਕੋਈ ਵੀ ਦਾਲ ਸਬਜ਼ੀ ਘਰੇ ਹੈ ਨਹੀਂ ਤਾਂ ਤੁਸੀਂ ਹਰੀਆਂ ਮਿਰਚਾਂ ਘਰੇ ਰੱਖੋ ਘਰੇ ਵੈਸੇ ਆਪਣੇ ਪੰਨੀਆਂ ਹੀ ਹੁੰਦੀਆਂ ਨੇ ਹਰੀਆਂ ਮਿਰਚਾਂ ਕਿਉਂਕਿ ਆਪਾਂ ਹਰੇਕ ਦਾਲ ਸਬਜ਼ੀ ਦੇ ਵਿੱਚ ਯੂਜ਼ ਕਰਦੇ ਆਂ ਹਰੀ ਮਿਰਚ ਤੇ ਆਪਾਂ ਨੂੰ ਯੂਜ਼ ਵੀ ਹਰੀ ਮਿਰਚ ਹੀ ਕਰਨੀ ਚਾਹੀਦੀ ਹੈ ਜੀ ਅੱਖਾਂ ਵਾਸਤੇ ਬਹੁਤ ਜਿਆਦਾ ਚੰਗੀ ਹੁੰਦੀ ਹੈ ਲਾਲ ਮਿਰਚ ਬਹੁਤ ਘੱਟ ਯੂਜ਼ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਇਹ ਸਾਰੀਆਂ ਆਪਾਂ ਨੇ ਕੱਟ ਲੀਆਂ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਦਾਂਗੇ ਜਿੰਨਾ ਕ ਆਪਾਂ ਨੇ ਪਾਇਆ ਐਨਾ ਕ ਤੁਸੀਂ ਐਡ ਕਰ ਲਓ ਤੇ ਥੋੜਾ ਜਿਹਾ ਇੱਕ ਸਿੱਟ ਦਿਓ ਇਹਦੇ ਵਿੱਚ ਜੀਰਾ ਜੀਰੇ ਨੂੰ ਤੁਸੀਂ ਚੰਗੇ ਤਰੀਕੇ ਨਾਲ ਪੱਕ ਜਾਣ ਦਿਓ ਇਹ ਨਹੀਂ ਹੈਗਾ ਵੀ ਕੱਚਾ ਹੀ ਜੀਰਾ ਕੱਚਾ ਜੀਰਾ ਬਹੁਤ ਲੋਕ ਕੀ ਕਰਦੇ ਨੇ ਜੀਰੇ ਨੂੰ ਚੰਗੀ ਤਰ੍ਹਾਂ ਪਕਾਉਂਦੇ ਨਹੀਂ ਹੈਗੇ ਜੀਰਾ ਕਈ ਲੋਕ ਬਾਅਦ ਚੋਂ ਵੀ ਪਾਉਂਦੇ ਨੇ ਉਹਦਾ ਟੇਸਟ ਸਹੀ ਨਹੀਂ ਆਉਂਦਾ ਜੀ ਜੀਰੇ ਨੂੰ ਥੋੜਾ ਜਿਹਾ ਪੱਕ ਜਾਣ ਦਿਓ ਇਸ ਤੋਂ ਬਾਅਦ ਜਿਹੜੀਆਂ ਆਪਾਂ ਨੇ ਮਿਰਚਾਂ ਕੱਟੀਆਂ ਹੋਈਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਇਹਦੇ ਵਿੱਚ ਰੱਖ ਲਾਂਗੇ ਤੁਹਾਡੇ ਖੇਤ ਰੋਟੀ ਜਾਂਦੀ ਹੈ ਜਾਂ ਕੋਈ ਤੁਹਾਡੇ ਘਰੇ ਮਹਿਮਾਨ ਆਉਣ ਵਾਲਾ ਤਾਂ ਤੁਸੀਂ ਇੱਕ ਵਾਰ ਜੇ ਤੁਹਾਨੂੰ ਫੋਨ ਕਰਕੇ ਇਹ ਕਹੂਗਾ ਵੀ ਜਦੋਂ ਵੀ ਮੈਂ ਆਉਣਾ ਕੋਈ ਮਟਰ ਪਨੀਰ ਨਹੀਂ ਬਣਾਉਣਾ ਕੋਈ ਹੋਰ ਸੁੱਕੀ ਸਬਜ਼ੀ ਕੁਝ ਨਹੀਂ ਬਣਾਉਣਾ ਸਿਰਫ ਮੇਰੇ ਵਾਸਤੇ ਆਹ ਹਰੀਆਂ ਮਿਰਚਾਂ ਤਿਆਰ ਕਰਕੇ ਰੱਖਿਓ ਜਿਹੜੀਆਂ ਤੁਸੀਂ ਮੈਨੂੰ ਖਵਾਇਆਂ ਸੀ ਜਾਂ ਤੁਸੀਂ ਖੇਤ ਭੇਜੀਆਂ ਸੀ ਇਸ ਤੋਂ ਬਾਅਦ ਹਲਕਾ ਹਲਕਾ ਪਾਦੇ ਵਿੱਚ ਚਮਚਾ ਜਿਹਾ ਘਰਸੀ ਕੋਈ ਵੀ ਚੀਜ਼ ਉਹਨੂੰ ਘਮਾਉਂਦੇ ਰਵਾਂਗੇ ਇੱਕ ਜਗ੍ਹਾ ਤੇ ਜੇ ਆਪਾਂ ਇਹਨਾਂ ਨੂੰ ਰੱਖ ਲੈਦੇ ਮੱਚ ਸਕਦੀਆਂ ਨੇ ਹਲਕਾ ਹਲਕਾ ਪੈਨ ਨੂੰ ਸੇਕ ਲਾਵਾਂਗੇ ਸਿਲੰਡਰ ਤੁਸੀਂ ਬਹੁਤ ਜ਼ਿਆਦਾ ਘੱਟ ਰੱਖਣਾ ਹੈ ਬਿਲਕੁਲ ਫਲੋ ਰੱਖਣਾ ਹੈ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧਾ ਇੱਕ ਚਮਚਾ ਹਲਦੀ ਦਾ ਐਡ ਕਰਾਂਗੇ ਫਿਰ ਜਿੰਨਾ ਕਿ ਤੁਹਾਡਾ ਟੇਸਟ ਹੈ ਉਹਨਾਂ ਕੁ ਤੁਸੀਂ ਆਪਾਂ ਅੱਧਾ ਚਮਚਾ ਇੰਨੀਆਂ ਮਿਰਚਾਂ ਦੇ ਵਿੱਚ ਐਡ ਕਰਤਾ ਬੱਦ ਘੱਟ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਬੱਦ ਖਾਣੇ ਹੋ ਘੱਟ ਖਾਣੇ ਹੋ ਤਾਂ ਤੁਸੀਂ ਉਹਨਾਂ ਕਰ ਸਕਦੇ ਹੋ ਪਰ ਹਲਦੀ ਜਿੰਨੀ ਕਿ ਪਾਈ ਓਨੀ ਕਿ ਪਾਉਣੀ ਹੈ ਤੇ ਸਿਲੰਡਰ ਬਿਲਕੁਲ ਜ਼ੀਰੋ ਤੇ ਰੱਖਣਾ ਹੈ ਜਿਹੜਾ ਕੋਈ ਚਮਚਾ ਕਰਛੀ ਤੁਹਾਡੇ ਹੱਥ 'ਚ ਉਹਨੂੰ ਤੁਸੀਂ ਲਗਾਤਾਰ ਘਮਾਉਂਦੇ ਰਹਿਣਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਘਮਾਉਂਦੇ ਰਹਿਣਾ ਤੁਹਾਨੂੰ ਦੱਸਾਂਗੇ ਵੀ ਤੁਸੀਂ ਸਿਲੰਡਰ ਕਦੋਂ ਬੰਦ ਕਰਨਾ ਹੈ ਕਈ ਲੋਕ ਮਿਰਚਾਂ ਨੂੰ ਘਰੇ ਟਰਾਈ ਵੀ ਕਰਦੇ ਨੇ ਤਲਕੇ ਪਰ ਜਿਹੜਾ ਚੀਜ਼ ਆਪਾਂ ਇਹਦੇ ਵਿੱਚ ਪਾ ਕੇ ਜਿਵੇਂ ਆਪਾਂ ਤਿਆਰ ਕਰ ਰਹੇ ਆ ਉਸ ਤਰੀਕੇ ਨਾਲ ਨਹੀਂ ਕਰਦੇ ਇਸ ਤੋਂ ਬਾਅਦ ਆਪਾਂ ਨੂੰ ਕੋਈ ਨਿੰਬੂ ਚਾਹੀਦਾ ਨਿੰਬੂ ਦੇ ਬੀਜ ਤੁਸੀਂ ਕੱਢ ਲਿਓ ਤੇ ਹਲਕਾ ਇਸ ਤਰੀਕੇ ਨਾਲ ਤੁਸੀਂ ਛਿੜਕ ਦੋ ਚਾਹੇ ਨਿੰਬੂ ਨਿਚੋੜ ਨੂੰ ਵਿੱਚ ਪਾ ਕੇ ਨਿੰਬੂ ਨਿਚੋੜ ਨਾਲ ਛਿੜਕ ਦੋ ਜਿਵੇਂ ਵੀ ਤੁਸੀਂ ਛਿੜਕਣਾ ਹੋਵੇਂ ਤੁਸੀਂ ਛਿੜਕ ਦੋ ਤੇ ਇਹਨੂੰ ਰੈਡੀ ਕਰ ਲਓ ਇਸ ਤੋਂ ਬਾਅਦ ਹਿਲਾਉਂਦੇ ਰਵਾਂਗੇ ਆਪਾਂ ਇਹਨੂੰ ਲਗਾਤਾਰ ਆਹ ਲਓ ਜੀ ਆਪਣੀਆਂ ਜਿਹੜੀਆਂ ਮਿਰਚਾਂ ਨੇ ਹਰੀਆਂ ਉਹ ਬਿਲਕੁਲ ਹੁਣ ਕ ਤਿਆਰ ਹੋਣ ਦੇ ਤਦਾਰ ਤੇ ਪਹੁੰਚ ਗਈਆਂ ਬਿਲਕੁਲ ਰੈਡੀ ਨੇ ਖਾਣ ਵਾਸਤੇ ਆ ਲਓ ਜੀ ਇਹ ਹੁਣ ਆਪਣੀਆਂ ਤਿਆਰ ਹੋ ਗਈਆਂ ਇਹਨਾਂ ਦਾ ਕਲਰ ਦੇਖ ਲਓ ਤੁਸੀਂ ਚੇਂਜ ਹੋ ਗਿਆ ਬਿਲਕੁਲ ਇਹ ਢਲ ਗਈਆਂ ਇਹ ਹਾਰਡ ਨਹੀਂ ਰਹੀਆਂ ਹੈਗੀਆਂ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਹੁਣ ਟਰਾਈ ਕਰਦੇ ਹਾਂ ਕਿਉਂਕਿ ਇਹ ਰੈਡੀ ਨੇ ਹੁਣ ਆਪਾਂ ਰੋਟੀ ਦੇ ਉੱਤੇ ਇਸ ਤਰੀਕੇ ਨਾਲ ਰੱਖ ਲੈਨੇ ਆ ਤੁਸੀਂ ਖਾ ਕੇ ਦੇਖੋ ਬਣਾ ਕੇ ਦੇਖੋ ਤੇ ਖੇਤ ਭੇਜ ਕੇ ਦੇਖੋ ਕੋਈ ਮਹਿਮਾਨ ਆਉਂਦਾ ਉਹਨੂੰ ਖਵਾ ਕੇ ਦੇਖੋ ਤੁਸੀਂ ਆਪ ਕਹੋਗੇ ਵੀ ਯਾਰ ਆ ਤਾਂ ਟਰਿਕ ਬੜੀ ਬਾਕ ਕਮਾਲ ਹੈ ਇੱਕ ਟਾਈਮ ਦੀ ਤੁਸੀਂ ਦਾਲ ਛੱਡ ਦੋਗੇ ਬਣਾਉਣੀ ਆਹ ਮਿਰਚਾਂ ਟਰਾਈ ਕਰਕੇ ਦੇਖ ਲਓ ਇੱਕ ਵਾਰੀ ਵਾ ਯਾਰ ਮੈਂ ਕ